ਅੱਖ ਮੋਟੀ ਹੈ ਮਾਸ਼ਾਅੱਲਾ ਜੀ, ਬੋਦੀ ਵੀ ਦੋਸਤਾਂ ਵੇਖ ਲੈਣੀ ਹੈ, ਚਿਹਰੇ ਦਾ ਜਿਹੜਾ ਹੁਸਨ ਹੈ ਉਹ ਚੈੱਕ ਕਰਨਾ, ਪੂਰੀ ਕੁਆਲਿਟੀ ਵਿੱਚ ਟੋਰੇ ਭਾਈ ਜਾਨ। ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਸੋਮਵਾਰ ਦਾ, ਤੇ ਇਸ ਟਾਈਮ ਸਿਆਲਕੋਟ ਦੇ ਕੰਮ ਉਮਰ ਨੌਜਵਾਨ ਵਪਾਰੀ ਅਬੂ ਜ਼ਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਭਾਈ ਅਬੂ ਜ਼ਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਅਸਲੀ ਤੇ ਨਸਲੀ ਗਾਵਾਂ, ਜਿਨ੍ਹਾਂ 'ਚ ਮਾਸ਼ਾਅੱਲਾ ਜੀ ਦੋ ਖਾਂਗੜ ਗਾਵਾਂ ਵੀ ਮੌਜੂਦ ਨੇ, ਇਸ ਤੋਂ ਇਲਾਵਾ ਦੋ ਸ਼ਾਨਦਾਰ ਖਾਂਗੜ ਝੋਟੀਆਂ, ਤੇ ਮਾਸ਼ਾਅੱਲਾ ਜੀ ਇੱਕ ਕੱਟਾ ਤੇ ਇੱਕ ਵੱਛਾ ਵੀ ਲੈ ਕੇ ਆਏ ਨੇ, ਕਮ ਅਜ਼ ਕਮ ਕੀਮਤ ਜੀ 40,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨਾ ਭਾਈ ਅਬੂ ਜ਼ਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ। ਵਾਲੇਕੁਮ ਅਸਲਾਮ ਭਾਈ ਫਰਾ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਭਾਈ ਅਬੂ ਜ਼ਰ ਸਾਹਿਬ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਅਤ ਹੈ? ਸ਼ੁਕਰ ਜੀ ਅੱਲਾਹ ਪਾਕ ਦਾ। ਹੋਰ ਤੁਸੀਂ ਸੁਣਾਓ ਤਬੀਅਤ ਦੀ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਆਲਰੇਡੀ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ, ਸ਼ੌਕ ਅੱਛਾ ਕਰਾਉਂਦੇ ਹੋ, ਇਹ ਕੰਮ ਚੰਗਾ ਕਰਦੇ, ਜਿਹੜੇ ਖਾਂਗੜ ਜਾਨਵਰ ਲੈ ਕੇ ਆਉਂਦੇ ਹੋ ਕਾਫੀ ਦੋਸਤ ਡਿਮਾਂਡ ਕਰਦੇ ਨੇ, ਤੇ ਮਾਸ਼ਾਅੱਲਾ ਜੀ ਤੁਸੀਂ ਇਹ ਵੀ ਉਹਨਾਂ ਦੀ ਜਿਹੜੀ ਡਿਮਾਂਡ ਹੈ ਪੂਰੀ ਕਰਦੇ ਹੋ ਦੋਸਤਾਂ ਨੂੰ, ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਭਾਈ ਫਰਾ। ਡੇਰਾ ਚੌਧਰੀ ਜ਼ਫਰ ਲੰਬਰਦਾਰ ਸਾਹਿਬ ਦਾ ਪਿੰਡ ਸਾਡਾ ਭਾਬਣਿਆਲਾ, ਤਹਿਸੀਲੋ ਜ਼ਿਲ੍ਹਾ ਸਿਆਲਕੋਟ, ਮੇਨ ਰੋਡ ਉਗੋਕੀ, ਚਣਾ ਚੌਂਕ ਵੀ ਨਜ਼ਦੀਕ, ਛਾਬੀ ਵੀ ਨਜ਼ਦੀਕ, ਦਲਤ ਕੜਾ ਉਗੋਕੀ ਆਪਣੇ ਨੇੜੇ ਨੇ ਭੁੱਲ ਲੈ ਕੇ 70 ਪਿੰਡ ਤੇ ਨਾ ਦੱਸ ਜੀ। ਬਿਹਤਰ ਹੋ ਗਿਆ, ਖੜਾ ਕੀ ਅੱਜ ਵੀ ਇਨਸ਼ਾਅੱਲਾ ਤਾਲਾ ਖੜਾ ਕੇ ਹੁੰਦੇ, ਤੁਸੀਂ ਆਪ ਹੀ ਕਹੋ ਦੇ ਖੜਾ ਕੇ। ਬਿਹਤਰ ਹੋ ਗਿਆ, ਕਰਾਈ ਸ਼ੋਕ, ਕਰਾਓ ਜੀ, ਆਓ ਜੀ ਮੁੰਨਾ ਭਾਈ, ਇਹ ਗਾਂ ਤੋਂ ਸ਼ੁਰੂ ਕਰ ਲਓ ਮਾਸ਼ਾਅੱਲਾ ਜੀ, ਲਿਆਓ ਜੀ ਖਾਂਗੜੀ ਜੀ। ਭਾਈ ਅਬੂ ਜ਼ਰ ਸਾਹਿਬ ਕਿੰਨਵਾਂ ਸੁਆ ਜੀ ਇਹਦਾ? ਭਾਈ ਫਰਾਜ਼ ਇਹ ਦੂਸਰਾ ਸੁਆ ਸੂਈ ਜੇ, ਸੁਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ। ਨੰਬਰ ਆ ਗਈ ਇੱਕ ਤੇ ਖਾਂਗੜੇ, ਤੇ ਖਾਂਗੜ ਵੀ ਅਸਲੀ ਤੇ ਨਸਲੀ ਹੈ। ਦੁੱਧ ਕਿੰਨਾ ਕੇ ਹੈ ਭਾਈ ਅਬੂ ਜ਼ਰ ਸਾਹਿਬ ਦੇ ਕੋਲ? ਛੇ ਕਿਲੋ ਦੁੱਧ ਦੀ ਗਰੰਟੀ ਹੈ, ਸੁਬਾਹ ਦੂਸਰਾ ਸੂਈ ਹੈ ਭਾਈ, ਇੱਥੇ ਖਿਲਾ ਰਹੇ ਹੋ ਮੁੰਨਾ ਭਾਈ, ਆਪ ਹੀ ਪਰਲੀ ਸਾਈਡ ਤੇ ਹੋ ਜ਼ਰਾ, ਇਹ ਵੀ ਝੁੰਗੀ ਹੈ, ਕੰਨ ਛੋਟੇ ਨੇ, ਨਸਲ ਦੋਸਤਾਂ ਵੇਖਣੀ ਹੈ, ਰਵੇਲ ਕਾਫੀ ਹੈ ਭਾਈ ਫਰਾਦ, ਵੇਲ ਵੇਖੋ ਲੰਮੀ ਵੇਖੋ ਕਿੱਡੀ ਵੈੜੀ ਹੈ, ਮਾਸ਼ਾਅੱਲਾ, ਇਹ ਜ਼ਰਾ ਦੋਸਤਾਂ ਨੂੰ ਵੇਲ ਵੇਖਣੀ। ਮੁੰਨਾ ਭਾਈ ਪਰਤਾ ਕੇ ਜ਼ਰਾ ਸਿੱਧੀ ਕਰੋ, ਕੀ ਨਸਲ ਜੇ ਭਾਈ ਅਬੂ ਜ਼ਰ ਸਾਹਿਬ ਦੀ? ਭਾਈ ਫਰਾਦ ਮੈਂ ਨਹੀਂ ਜੇ ਨਸਲ ਦੱਸਣੀ, ਜਿੰਨੇ ਲੈਣੀ ਉਹਨੇ ਨਸਲ ਵੇਖ ਕੇ ਲੈਣੀ ਹੈ। ਤੋਹਫਾ ਪੂਰਾ ਮਾਸ਼ਾਅੱਲਾ ਜੀ, ਜ਼ਿਆਦਾ ਜਰਸੀ ਵਿੱਚ ਕੋਈ ਹਲਕਾ ਜਿਹਾ ਕ੍ਰਾਸ ਹੋਣਾ, ਮੱਥੇ 'ਚ ਬੈਂਡ ਵੀ ਹੈ, ਵੇ ਹੈ ਵੀ ਝੁੰਗੀ ਹੈ, ਚਿਹਰਾ ਦੋਸਤਾਂ ਵੇਖ ਲੈਣਾ, ਰਵੇਲ ਕਾਫੀ ਹੈ, 6 ਕਿਲੋ ਦੁੱਧ ਦੀ ਗਰੰਟੀ ਭਾਈ, ਲੰਮੀ ਟੋਰੇ ਜ਼ਰਾ, ਥਾਣੇ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ। ਨੰਬਰ ਆ ਗਈ ਇੱਕ ਤੇ, ਚੁਆਈ ਕਿੰਨੀ ਕਰਦੇ ਹੋ ਭਾਈ ਦੀ? ਭਾਈ ਫਰਾ ਦੋਵੇਂ ਟਾਈਮ ਪਹਾੜੇ ਤੇ ਭਾਵੇਂ ਮੰਗਾ ਪਾਓ ਤੇ ਭਾਵੇਂ ਨਾ ਪਾਓ, ਠੀਕ ਹੈ? ਚੁਆਈ ਦੋਵੇਂ ਟਾਈਮ ਪਹਾੜੇ ਤੇ, ਸੁਬਾ ਵੀ ਦੂਸਰਾ ਵੇ, ਦੁੱਧ 6 ਕਿਲੋ ਵੇ, ਕ੍ਰਾਸ ਹੋਈ ਹੈ ਗੂਗੀ ਨਹੀਂ? ਭਾਈ ਫਰਾ 20 ਦਿਨ ਹੋ ਗਏ ਨੇ ਕ੍ਰਾਸ ਹੋਈ, ਇਹਦਾ ਕੀ ਦੱਸਣਾ? ਅੱਛਾ, ਹਾਲੀ ਕਰਕੇ ਦੇਣੀ, ਹਾਲੀ ਕਰਕੇ ਦੇਣੀ ਹੈ ਇਹੀ, ਠੀਕ ਹੈ? ਵੇਖੋ ਇਹ ਮਾਸ਼ਾਅੱਲਾ ਜੀ, ਸ਼ਰਾਫਤ ਦੀ ਦੋਸਤਾਂ ਚੈੱਕ ਕਰਾਓ, ਇਹ ਵੇਖੋ ਮੁੰਨਾ ਭਾਈ, ਇਹ ਕੋਈ ਜਾਨਵਰ ਖੋਲ ਲਓ, ਤੁਸੀਂ ਖੋਲ ਲੈ, ਖੋਲ ਲੈ ਨਾ ਤਾਰਾ ਨਾ ਹਮਾਰਾ, ਇਹ ਵੇਖੋ ਐਡੀ ਸੀਲ ਸ਼ਰੀਫ ਤੇ ਸੋਹਣੀ ਤਾਰ, ਉਂਗਲ ਉਂਗਲ ਜਿਹਦੀ ਮੋਟੀ ਹੋਏ ਦੀ, ਮਾਸ਼ਾਅੱਲਾ ਜੀ, ਦੁੱਧ ਦੀ ਰੰਗਤ ਵੀ ਸਫੇਦ ਹੈ, ਕੀ ਰੇਟ ਹੈ ਜੀ ਭਾਈ ਅਬੂ ਜ਼ਰ ਸਾਹਿਬ ਦਾ? ਭਾਈ ਫਰਾਦ ਇਹ ਵੈੜੀ ਤਿਆਰ ਹੋਈ ਹੈ 4 ਲੱਖ, 5 ਲੱਖ, 5.5 ਲੱਖ ਦੀ, ਪਰ ਅਸੀਂ ਉਹ ਗੱਲਾਂ ਨਹੀਂ ਕਰਨੀਆਂ, ਅਗਲੀ ਜਾ ਕੇ ਅਸੀਂ, ਸਾਨੂੰ ਪੋਲੀ ਲੱਗੀ, ਅਸੀਂ ਵੀ ਪੋਲੀ ਅੱਗੋਂ ਦੇਣੀ ਹੈ, ਅਸੀਂ ਦੇਖਣੀ ਹੈ 1,95,000 ਰੁਪਏ ਦੀ ਵੈੜੀ ਦੇਖਣੀ ਹੈ, 1,95,000 ਵੈੜੀ ਮੇਰੀ, 2 ਲੱਖ ਤੋਂ ਉੱਤੇ 2.5 ਲੱਖ ਦੀ ਵੈੜੀ ਹੈ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ, ਕੀਮਤ 1,95,000 ਸਾਈਡ ਤੇ, ਰਵੇਲ ਦੋਸਤਾਂ ਫਿਰ ਚੈੱਕ ਕਰਾ ਲਈ, ਮਾਸ਼ਾਅੱਲਾ ਜੀ, ਰਵੇਲ ਦੋਸਤਾਂ ਫਿਰ ਵੇਖ ਲੈਣੀ, ਨਸਲ ਵੀ ਚੰਗੀ ਹੈ, ਕੀਮਤ 1,00,000 ਤੇ 95,000। ਮੁੰਨਾ ਭਾਈ ਇੱਥੇ ਜ਼ਰਾ ਲੰਮੀ ਕਰੋ, ਵੈੜ ਨੰਬਰ ਦੋ,
ਜੀ ਭਾਈ ਅਬੂਜ਼ਰ ਸਾਹਿਬ ਕਿੰਨਵਾਂ ਸੂਆ ਜੀ ਦਾ ਭਾਈ ਖਰਾ ਦੇ ਪਹਿਲਾ ਸੂਆ ਸੂਈ ਜੇ ਮੂੰਹ ਚ ਦੋਂਦੀ ਜੇ ਦੋਂਦੀ ਮਾਸ਼ਾਅੱਲਾ ਜੀ ਭਾਈ ਇੱਥੇ ਖਿਲਾ ਰਹੇ ਹੋ ਦੋਂਦੀ ਏ ਸੂਆ ਪਹਿਲਾ ਵੇ ਬਲੈਕ ਬਿਊਟੀ ਏ ਹੁਸਨ ਦੋਸਤਾਂ ਵੇਖਣਾ ਨਸਲ ਬੜੀ ਏ ਮਾਸ਼ਾਅੱਲਾ ਜੀ ਅਭੀ ਖਾਂਗੜ ਏ ਭਾਈ ਫਰਾਦ ਆ ਵੀ ਖਾਂਗੜ ਜੇ ਅੱਖ ਮੋਟੀ ਏ ਮਾਸ਼ਾਅੱਲਾ ਜੀ ਬੋਦੀ ਵੀ ਦੋਸਤਾਂ ਵੇਖ ਲੈਣੀ ਏ ਚਿਹਰੇ ਦਾ ਜਿਹੜਾ ਹੁਸਨ ਏ ਉਹ ਚੈੱਕ ਕਰਨਾ ਪੂਰੀ ਕੁਆਲਿਟੀ ਵਿੱਚ ਟੋਰੇ ਭਾਈ ਜਾਨ ਕਿੰਨਾ ਕੁ ਦੁੱਧ ਏ ਭਾਈ ਅਬੂਜ਼ਰ ਸਾਹਿਬ ਦੇ ਕੋਲ ਭਾਈ ਫਰਾਦ ਦੇ ਕੋਲ ਦੁੱਧ 11 ਕਿਲੋ 10 ਕਿਲੋ ਦੀ ਗਰੰਟੀ ਹੋਈ ਦੀ ਜਿਹੜਾ ਚੱਡਾ ਪੀੜਾ ਰੱਖਦੀ ਏ ਲਬਾਸ ਪੱਕਾ ਰੱਖਦੀ ਏ 10 ਕਿਲੋ ਦੁੱਧ ਦੀ ਗਰੰਟੀ ਏ ਸੂਆ ਪਹਿਲਾ ਵੇ ਖਾਂਗੜ ਏ ਮਾਸ਼ਾਅੱਲਾ ਜੀ ਐ ਵੀ ਪਹਿਲਾ ਨੇ ਤੇ ਅਸਲੀ ਤੇ ਨਸਲੀ ਭਾਈ ਫਰਾਦ ਅਸੀਂ ਤੇ ਖਾਂਗੜ ਕਰਕੇ ਹੀ ਦੇਣੀ ਏ ਤੇ ਉਹ ਜੇ ਵੈੜੀ ਸਾਡੀ 2.5 ਮਹੀਨੇ ਦੀ ਸੂਈ ਜੇ ਅੱਛਾ 2.5 ਮਹੀਨੇ ਦੀ ਵੈੜੀ ਸਾਡੀ ਸੂਈ ਜੇ ਠੀਕ ਜੋ ਜਹੀ ਖਾਂਗੜ ਕਰਕੇ ਦੇਣੀ ਚੁਆਈ ਕਿੰਜ ਕਰਦੇ ਹੋ ਭਾਈ ਅਬੂਜ਼ਰ ਸਾਹਿਬ ਦੀ ਫਰਾਦ ਦੋਵੇਂ ਟਾਈਮ ਪਹਾੜੇ ਤੇ ਚੁਆਈ ਦੋਵੇਂ ਟਾਈਮ ਪਹਾੜੇ ਤੇ ਆ ਮਾਸ਼ਾਅੱਲਾ ਜੀ ਚਿਹਰੇ ਦਾ ਹੁਸਨ ਫਿਰ ਵੇਖ ਲੈਣਾ ਨਕੋੜਾ ਚੈੱਕ ਕਰਨਾ ਅੱਖ ਮੋਟੀ ਏ ਬਰੀਕ ਚਿਹਰਾ ਮੱਥੇ 'ਚ ਬੈਂਡ ਵੀ ਹੈ ਟੋਰੇ ਭਾਈ ਜਾਨ ਇਹ ਵੀ ਜਰਸੀ ਬ੍ਰਾਂਡ ਹੈ ਮਾਸ਼ਾਅੱਲਾ ਜੀ ਕੋਈ ਹਲਕਾ ਦੇ ਵਿੱਚ ਚੁਲਸਤਾਨੀ ਦਾ ਟੱਚ ਹੋਣਾ ਥਾਣੀ ਦੋਸਤਾਂ ਚੈੱਕ ਕਰਾ ਦਿੰਦੇ ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਥਾਣ ਵੀ ਸੋਹਣੇ ਲੱਗੇ ਨੇ ਤੇ ਇਹ ਵੀ ਦੋ ਦੰਦ ਹੈ ਮਾਸ਼ਾਅੱਲਾ ਜੀ ਜੀ ਭਾਈ ਅਬੂਜ਼ਰ ਸਾਹਿਬ ਕੀ ਰੇਟ ਹੈ ਜੀ ਵਾਰਡ ਨੰਬਰ 2 ਦਾ ਬੰਨੋ ਭਾਈ ਜ਼ਰਾ ਸਿੱਧੀ ਕਰੋ ਮੁੰਨਾ ਭਾਈ ਕੀ ਗੱਲ ਹੈ ਅੱਜ ਕਾਲੀਆਂ ਪਈਆਂ ਨੇ ਅੱਜ ਲਾਓ ਜੀ ਰੇਟ ਦਾ ਸੋਣਾ ਜੇ ਇਹ ਵੇਖੋ ਇਹ ਮਾਸ਼ਾਅੱਲਾ ਜੀ ਇਹ ਜਨਤਵਾ ਇਸ ਪਾਸੇ ਨੂੰ ਇਹ ਚਲਾਓ ਇਹ ਵੇਖੋ ਮਾਸ਼ਾਅੱਲਾ ਜੀ ਇਹ ਵੇਖੋ ਇਹ ਨਸਲਾਂ ਵੇਖੋ ਮੁੱਠੇ ਤੋਂ ਵੀ ਇੰਚ ਬਾਹਰ ਥਾਨ ਹੁੰਦਾ ਪਿਆ ਇਹ ਵੇਖੋ ਮਸਲ ਵੇਖੋ ਤੁਹਾਡੇ ਸਾਹਮਣੇ ਸੋਹਣੀ ਹੈ ਹੁਣ ਕੀਮਤ ਲਾਈ ਇਹਦੀ ਕੀਮਤ ਵੀ ਸੋਹਣੀ ਜੀ ਲਾਓ ਜਿੰਜਾ ਸੋਹਣੀ ਹੈ ਨਾ ਰੇਟ ਵੀ ਉਹਦਾ ਸੋਹਣਾ ਲਾਣਾ ਭਾਈ ਫਰਾਦ 2.5 ਮਹੀਨੇ ਦੀ ਵੈੜੀ ਸੂਈ ਹੈ ਭੁੱਖੇ ਘਰੋਂ ਲਈ ਹੈ ਲਾ ਇਹਨੂੰ ਸਾਂਭਾਂ ਦੇ 4 ਦਿਨ ਜ਼ਰਾ ਦੁੱਧ ਖੋਲ ਡੋਲ ਕੇ ਦੇ ਇਹਦੀ ਵੈੜੀ ਅਸੀਂ ਦੇਖਣੀ ਹੈ 2,00,000 ਤੇ 55,000 ਰੁਪਏ ਦੀ ਵੈੜੀ ਦੇਖਣੀ 2,00,000 ਤੇ 55,000 55,000 ਅੱਜ ਪੈਕੇਜ ਹੀ ਦੇਣੇ ਨੇ ਵੱਡੇ ਖੜਾ ਕਰੋ ਸਿੱਧਾ ਸਿੱਧਾ 2,50,000 ਕਰ ਛੋੜੋ 2.5 ਹੋਈਏ ਓ ਯਾਰ ਨਾ ਕੁਛ ਨਹੀਂ ਕਹਿੰਦੇ ਲੰਬੜਦਾਰ ਸਾਹਿਬ ਜੇ ਕਹਿੰਦੇ ਤੁਸੀਂ ਖੁਸ਼ ਅਸੀਂ ਫਿਰ ਰਾਜ਼ੀ ਹੋਈਆਂ ਆਂਦੇ ਖੁਸ਼ ਤੇ ਹੀ ਗਈਆਂ ਕਰ ਦਿਓ ਪੂਰਾ 2.5 ਕਰ ਦਿਓ 2,50,000 ਹੋ ਗਿਆ 2,50,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਨੰਬਰ 2 ਤੇ ਚੈੱਕ ਕਰਾਈਏ ਪਹਿਲੇ ਨੇ ਦੋਂਦੀ ਹੈ ਕੀਮਤ 2,00,000 ਤੇ 50,000 ਮਾਸ਼ਾਅੱਲਾ ਜੀ ਪਹਿਲੇ ਨੂੰ ਹੋ ਕੇ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਨਸਲ ਵੀ ਚੰਗੀ ਹੈ ਅੱਗੇ ਭਾਈ ਲਿਆਓ ਜੀ ਨੰਬਰ 3 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ ਤਾਜ਼ੀ ਸੂਈ ਹੈ ਜੀ ਹੈ ਭਾਈ ਜਾਤ ਖੜੇ ਹੋ ਮੁੰਨਾ ਭਾਈ ਜਾਤ ਲਿਆਓ ਜ਼ਰਾ ਕਿੰਨਵਾਂ ਸੂਆ ਸੂਈ ਹੈ ਤੇ ਕਿਦੋਂ ਦੀ ਸੂਈ ਹੈ ਭਾਈ ਫਰਾਦ ਦੂਸਰਾ ਸੂਆ ਸੂਈ ਜਾਂ ਤੀਸਰਾ ਦਿਨ ਜੀ ਲਾ ਰ ਭਾਈ ਜਾਨ ਇਹ ਬੋਲੇ ਤੇ ਵੇ ਸੂਆ ਦਾ ਦੂਸਰਾ ਮਾਸ਼ਾਅੱਲਾ ਜੀ ਚਿਹਰਾ ਦੋਸਤਾਂ ਵੇਖ ਲੈਣਾ ਕੰਨ ਦੇ ਵੀ ਛੋਟੇ ਨੇ ਇਹ ਵੀ ਜਰਸੀ ਕਰਾਸ ਹੈ ਨਸਲਾਂ 'ਚ ਸਾਰੀਆਂ ਗਾਵਾਂ ਦੀਆਂ ਚੰਗੀਆਂ ਨੇ ਮਾਸ਼ਾਅੱਲਾ ਜੀ ਤੇ ਜਾ ਕੀ ਪਿੱਛੇ ਦੇ ਭਾਈ ਫਰਾਦ ਦੇ ਮਗਰ ਵੱਛੀ ਜੇ ਵੱਛੀ ਕਰਮ ਵਾਲੀਆਂ ਦੋ ਹੀ ਨੇ ਮਾਸ਼ਾਅੱਲਾ ਜੀ ਪਿੱਛੇ ਦੇ ਵੱਛੀ ਬੋਲਾ ਕਿੰਨਾ ਕਿ ਹੈ ਭਾਈ ਅਬੂਜ਼ਰ ਸਾਹਿਬ ਦੇ ਕੋਲ ਭਾਈ ਫਰਾਦ ਬੋਲਾ ਇਹਦੇ ਕੋਲ 13-14 ਕਿਲੋ ਬੋਲਾ ਖੁੱਲਾ ਡੁੱਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਬੋਲਾ ਵੇ 13 ਤੋਂ 14 ਕਿਲੋ ਵੇ ਸੂਆ ਦੂਸਰਾ ਵੇ 3 ਕਿ ਦਿਨ ਹੋ ਗਏ ਨੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਤੇ ਵੱਛੀ ਵੀ ਚੈੱਕ ਕਰਨੀ ਹੈ ਭਾਈ ਹਲਕੀ ਜੀ ਟੋਰ ਕੇ ਲਿਆਇਓ ਜੀ ਜਾਣ ਦੋ ਲੰਮੀ ਟੋਰੋ ਭਾਈ ਜ਼ਰਾ ਉਹਨੇ ਜਾਣ ਦੇ ਉਹ ਸਟੈਂਡ ਕੋਲ ਜਾਣ ਸੇਮ ਪ੍ਰਿੰਟ ਵਿੱਚ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਇਹਨੂੰ ਹਲਕਾ ਜਾ ਭਾਈ ਚੱਕਰ ਲਵਾ ਕੇ ਲਿਆ ਆਵੋ ਸਕਚੈਨ ਰਹਿ ਨਹੀਂ ਦਵੋ ਅੱਥੀ ਪਤਾ ਲਿਆ ਆਵੋ ਇਹ ਮਾਸ਼ਾਅੱਲਾ ਜੀ ਬਰੀਕੀ ਵੀ ਦੋਸਤਾਂ ਵੇਖ ਲੈਣੀ ਹੈ ਲਿਬਾਸ ਚੈੱਕ ਕਰਨਾ ਬੋਲਾ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕੋਈ 13 ਕੁ ਕਿਲੋ ਵੇ ਸੂਆ ਦੂਸਰਾ ਵੇ ਠੀਕ ਹੈ ਭਾਈ ਲਿਆਓ ਜਾ ਤੇ ਇਹ ਮਾਸ਼ਾਅੱਲਾ ਜੀ ਆਓ ਜੀ ਭਾਈ ਅਬੂਜ਼ਰ ਸਾਹਿਬ ਕੀ ਰੇਟ ਹੈ ਜੀ ਵੈਰ ਨੰਬਰ 3 ਦਾ ਭਾਈ ਫਰਾਦ ਵੈੜੀ ਤੇ ਵੇ ਸਾਡੀ 3.5 ਲੱਖ ਦੀ ਅੱਛਾ ਪਰ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਮੁੰਨਾ ਭਾਈ ਇੱਥੇ ਖਲੋ ਹਾਂ ਜ਼ਰਾ ਆਪ ਹੀ ਪਰਲੀ ਸਾਈਡ ਤੇ ਹੋਵੋ ਤੁਸੀਂ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਵੈੜੀ ਅਸੀਂ ਦੇਖਣੀ ਹੈ 3,00,000 ਤੇ 40,000 ਰੁਪਏ ਦੀ ਵੈੜੀ ਦੇਖਣੀ ਹੈ 3,00,000 ਤੇ 40,000 40,000 ਜੀ ਬਿਹਤਰ ਹੋ ਗਿਆ ਭਾਈ ਲਿਆ 5,000 ਰੁਪਏ ਯਾਰ ਚੋਰ ਡਾਊਨ ਕਰ ਦਿਓ 3,35 3,35 ਠੀਕ ਹੈ ਬਿਹਤਰ ਹੋ ਗਿਆ ਜੀ ਭਾਈ ਲਿਆਓ ਜੀ ਲੰਮੀ ਟੋਰ ਕੇ
ਨੰਬਰ 33 ਚੈੱਕ ਕਰਾਈਏ ਕੀ ਜਿਹੜੇ ਭਰਾ ਨੂੰ ਬੱਚੀ ਨਾ ਪਸੰਦ ਹੈ 50,000 ਰੁਪਏ ਦੀ ਬੱਚੀ ਅਹੀ ਵਿੱਚ ਰੱਖ ਲਾਂਗੇ ਇਹਦੇ ਚ ਨਾ ਪਸੰਦ ਵਾਲੀ ਕਿਹੜੀ ਗੱਲ ਹੈ ਬੱਚੀ ਵੀ ਬ੍ਰਾਂਡ ਹੈ ਉਹ ਤੇ ਮੈਨੂੰ ਪਤਾ ਜਿੱਦਾਂ ਦੀ ਗੱਲ ਹੈ ਚਿਹਰਾ ਵੀ ਚੈੱਕ ਕਰਾਇਓ ਹੈਲੋ ਸੈਕਸ ਸਿਮਨ ਦੀ ਬੱਚੀ ਮਾਸ਼ਾਅੱਲਾ ਜੀ ਪਿੰਕ ਨੋਜ਼ ਦੇ ਬੱਚੀ ਦਾ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਕਰਮ ਵਾਲੀਆਂ ਦੋ ਹੀ ਨੇ ਕੀਮਤ ਇਹਦੀ 3,35,000 ਬਾਈ ਟੋਰ ਕੇ ਲੈ ਚਲੋ ਮਾਸ਼ਾਅੱਲਾ ਜੀ ਖਾਣ ਦੋਸਤਾਂ ਫਿਰ ਵੇਖ ਲੈਣੇ ਨੇ ਅੱਗੇ ਬਾਈ ਲਿਆਓ ਜੀ ਝੋਟੀ ਨੰਬਰ 1 ਲਿਆਓ ਜੀ ਛੱਡ ਦਿਓ ਪਾਣੀ ਪੀਣ ਦਿਓ ਤੁਸੀਂ ਲਿਆਓ ਝੋਟੀ ਨੰਬਰ 1 ਦੋ ਝੋਟੀਆਂ ਨੇ ਦੋਵੇਂ ਖਾਂਗੜ ਨੇ ਜੀ ਬਾਈ ਅਬੂਜ਼ਰ ਸਾਹਿਬ ਕੀ ਤਫਸੀਲ ਹੈ ਜੀ ਝੋਟੀ ਨੰਬਰ 1 ਦੀ ਬਾਈ ਆਹ ਸਾਈਡ ਤੇ ਲਿਆਓ ਜ਼ਰਾ ਬਾਈ ਫਰਾਜ਼ 6 ਮਹੀਨੇ ਦੀ ਡਾਕਟਰ ਪਾਸ ਜੇ ਖਿਲਾ ਰਿਹਾ ਬਾਈ ਇੱਥੇ ਸੁਵਾ ਕਿਨਵਾ ਸੂਈ ਹੁਣ ਬਾਈ ਫਰਾਜ਼ ਦੂਸਰਾ ਸੁਵਾ ਸੂਈ ਜੇ ਸੁਵਾ ਹੁਣ ਦੂਸਰਾ ਸੂਈ ਹੈ ਜੱਤਲ ਮਾਸ਼ਾਅੱਲਾ ਜੀ ਜਿਸਮ ਤੇ ਦੋਸਤਾਂ ਪਸ਼ਮ ਚੈੱਕ ਕਰਨੀ ਹੈ ਤੇ 6 ਮਹੀਨੇ ਦੀ ਅੱਗੂ ਕਨਫਰਮ ਗੱਬਾ ਨੇ ਅੱਗੂ ਸੁਵਾ ਤੀਸਰਾ ਸੋਣਾ ਚਿਹਰਾ ਬਾਈ ਸਾਹਮਣੇ ਕਰਿਓ ਜੀ ਸਿੰਗੀਆਂ ਦੋਸਤਾਂ ਵੇਖ ਲੈਣੀਆਂ ਨੇ ਕਾਲੀਆਂ ਅੱਖਾਂ ਨੇ ਦੋਆਂ ਅੱਖਾਂ ਦੀ ਰੰਗਤ ਸੇਮ ਹੈ ਕੋਈ ਦੁੱਧ ਵੀ ਦੇ ਰਹੀ ਹੈ ਹਾਂਜੀ ਬਾਈ ਫਰਾਜ਼ 4.5 ਕਿਲੋ ਦੁੱਧ ਦੇ 4 ਕਿਲੋ ਦੁੱਧ ਵੀ ਹੈ 6 ਮਹੀਨੇ ਦੀ ਕਨਫਰਮ ਗੱਬਣ ਵੀ ਹੈ ਅੱਗੂ ਸੁਵਾ ਤੀਸਰਾ ਸੋਣਾ ਸ਼ਾਨਦਾਰ ਚੀਜ਼ ਹੈ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਚੈੱਕ ਕਰਾਨੇ ਆ ਚਵਾਈ ਕਿੰਜ ਕਰਦੇ ਹੋ ਬਾਈ ਅਬੂਜ਼ਰ ਸਾਹਿਬ ਬਾਈ ਇੱਥੇ ਲਿਆਓ ਤੂੰ ਪਈ ਨੂੰ ਬਾਈ ਫਰਾਜ਼ ਦੋਵੇਂ ਟਾਈਮ ਪਹਾੜੇ ਤੇ ਮਿਲ ਪੈਂਦੀ ਜੇ ਕਰਮਾਲ ਚਵਾਈ ਦੋਵੇਂ ਟਾਈਮ ਪਹਾੜੇ ਤੇ ਮਾਸ਼ਾਅੱਲਾ ਜੀ ਇੱਥੇ ਬਾਈ ਖਿਲਾ ਰਿਹਾ ਜ਼ਰਾ ਸਮ ਦੋਸਤਾਂ ਫਿਰ ਵੇਖਣੀ ਮਾਸ਼ਾਅੱਲਾ ਜੀ 4 ਕਿਲੋ ਦੁੱਧ ਦੀ ਗਰੰਟੀ ਹੈ ਠੀਕ ਹੈ ਬਾਈ ਲੰਮੀ ਟੋਰ ਕੇ ਲੈ ਚਲੋ ਜੀ 6 ਮਹੀਨੇ ਦੀ ਕਨਫਰਮ ਗੱਬਣ ਲੰਮੀ ਟੋਰ ਬਾਈ ਜਾਨ ਥਾਣੀ ਦੋਸਤਾਂ ਵੇਖ ਲੈਣੇ ਨੰਬਰ ਆ ਗਈ ਇੱਕ ਤੇ ਮਾਸ਼ਾਅੱਲਾ ਜੀ ਆਓ ਜੀ ਬਾਈ ਅਬੂਜ਼ਰ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ ਬਾਈ ਫਰਾਜ਼ ਕੋਈ ਇਹਨੂੰ ਡੱਕਾ ਛੱਕਾ ਨਹੀਂ ਲਾਇਆ ਅੱਛਾ ਆ ਵੇਖੋ ਇਹ ਇੱਥੇ ਚੱਡਾ ਬਾਹਰ ਆਉਣਾ ਹੈ ਸੱਜਰੀ ਵਾਲਾ ਆ ਵੇਖੋ ਕਿਵੇਂ ਵੱਟ ਪਏ ਨੇ ਥੱਲੇ ਠੀਕ ਹੈ ਵੇਖੋ ਝੋਟੀ ਤੇ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਝੋਟੀ ਤੇ ਵੇਖੋ ਚੜਾਈ ਵੇਖੋ ਝੋਟੀ ਤੇ ਵੇ ਸਾਡੀ ਭਾਜੀ 3,00,000 ਦੀ ਅੱਛਾ ਪਰ ਅਸੀਂ ਉਹ ਗੱਲਾਂ ਨਹੀਂ ਕਰਨੀਆਂ 2,00,000 ਤੇ 75,000 ਰੁਪਏ ਦੀ ਝੋਟੀ ਦੇਖਣੀ ਹੈ 2,00,000 ਤੇ 75,000 4 ਕਿਲੋ ਦੁੱਧ 6 ਮਹੀਨੇ ਦੀ ਕਨਫਰਮ ਗੱਬਨ 6 ਮਹੀਨੇ ਦੀ ਡਾਕਟਰ ਪਾਸ ਜਿੰਦਾਬਾਦ ਬਿੱਤਰ ਹੋ ਗਿਆ ਅੱਗੇ ਬਾਈ ਲਿਆਓ ਜੀ ਨੰਬਰ 2 ਵਾਲੀ ਮੁੰਨਾ ਬਾਈ ਜਰਾ ਤਵੱਜੋ ਅੱਗੇ ਕਰੋ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਰਵੇਲ ਦੀ ਕਾਫੀ ਹੈ ਵੀ ਪਹਿਲਨ ਜੇ ਅੱਧਾ ਹੀ ਬਾਈ ਲਿਆਓ ਪਹਿਲਨ ਜੇ ਪਹਿਲਨ ਪਹਿਲਨ ਮਾਸ਼ਾਅੱਲਾ ਜੀ ਪ੍ਰਤਾਕ ਲਿਆਓ ਬਾਈ ਲਿਆਓ ਪ੍ਰਤਾਕ ਖਾਂਗੜੇ ਬਾਈ ਅਬੂਜ਼ਰ ਵੀ ਖਾਂਗੜ ਨਸਲੀ ਖਾਂਗੜ ਵੇਖੋ ਕੱਦ ਵੇਖੋ ਝੋਟੀ ਦਾ ਮਾਸ਼ਾਅੱਲਾ ਜੀ ਪਹਿਲਵਾਨ ਪਹਿਲਨ ਨੇ ਬਿੱਲੀਆਂ ਖਾਂ ਨੇ ਬੱਗੀ ਮੋਚੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਖਾਂਗੜ ਝੋਟੀ ਹੈ ਸੁਬਾ ਪਹਿਲਾ ਸੂਈ ਰਵੇਲ ਕਾਫੀ ਮਾਸ਼ਾਅੱਲਾ ਜੀ ਪਹਿਲਨ ਹੋ ਕੇ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਦੁੱਧ ਕਿੰਨਾ ਕਿ ਬਾਈ ਅਬੂਜ਼ਰ ਸਾਹਿਬ ਦੇ ਕੋਲ ਬਾਈ ਫਰਾਜ਼ ਦੁੱਧ ਦੇ ਕੋਲ 7 ਕਿਲੋ ਹੈ ਸਾਡੇ ਕੋਲ 6.5 ਕਿਲੋ ਦੀ ਗਰੰਟੀ ਹੋਈ ਦੀ 6.5 ਕਿਲੋ ਦੁੱਧ ਦੀ ਗਰੰਟੀ ਮਾਸ਼ਾਅੱਲਾ ਜੀ ਇਹ ਵੀ ਕ੍ਰਾਸ ਹੋਈ ਹੈ ਕਿ ਨਹੀਂ ਬਾਈ ਫਰਾਜ਼ ਇਹ ਕੋਈ ਨਹੀਂ ਜੇ ਕ੍ਰਾਸ ਹੋਈ ਐਵੇਂ ਤੁਹਾਡੇ ਅੱਗੇ ਪਿਆ ਬੰਦਾ ਕਵੇ ਜਿਹੜੀ ਹੋਈ ਉਹ ਤੁਹਾਨੂੰ ਦੱਸ ਰਹੀ ਹੈ ਇਹ ਖਾਲੀ ਹੈ ਇਹ ਖਾਲੀ ਹੈ ਠੀਕ ਹੈ ਲਿਆਓ ਬਾਈ ਜਨ ਪ੍ਰਤਾ ਕੇ ਦੁੱਧ ਦੀ ਦੁੱਧ ਹੈ 7 ਕਿਲੋ ਦੁੱਧ ਹੈ 6.5 ਕਿਲੋ ਦੁੱਧ ਦੀ ਗਰੰਟੀ ਮਾਸ਼ਾਅੱਲਾ ਜੀ ਜਸਾਮਤ ਗੱਡੀ ਹੈ ਬਾਈ ਲੰਮੀ ਢੋਲ ਕੇ ਲਿਆਓ ਜ਼ਰਾ ਆ ਠੀਕ ਰਿਜ਼ਲਟ ਆ ਰਿਹਾ ਚਲੋ ਬਾਈ ਲੰਮੀ ਢੋਲ ਕੇ ਲੈ ਚਲੋ ਜੀ ਵੇਖੋ ਤੂੰ ਨੀ ਤੇ ਕੋਲੀ ਨਾ ਹੁੰਦੇ ਬਰਾਬਰ ਮਾਸ਼ਾਅੱਲਾ ਜੀ ਥਾਣੀ ਦੋਸਤਾਂ ਵੇਖ ਲੈਣੇ ਨੇ ਨੰਬਰ 2 ਤੇ ਚੈੱਕ ਕਰਾਈਏ ਪਹਿਲੇ ਨੇ ਖਾਂਗੜ ਆਓ ਜੀ ਬਾਈ ਅਬੂਜ਼ਰ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ ਬਾਈ ਫਰਾਜ਼ ਇਹ ਝੋਟੀ ਹੈ ਸਾਡੀ 3,00,000 ਰੁਪਏ ਦੀ ਅੱਛਾ 3,00,000 ਰੁਪਏ ਦੀ ਝੋਟੀ ਹੈ ਵੇਖੋ ਹਾਂ ਝੋਟੀ ਥੱਲੋ ਮਾਸ਼ਾਅੱਲਾ ਇਹ ਵੇਖੋ ਪਾਓ ਹਾਂ ਬਾਈ ਤੁਸੀਂ ਲਿਆਓ ਕੱਟਾ ਤੇ ਵਿੱਚ ਲਿਆਓ ਬਾਈ ਫਰਾਜ਼ ਝੋਟੀ ਹੈ ਸਾਡੀ 3,00,000 ਰੁਪਏ ਦੀ ਅੱਛਾ ਪਰ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਉਹ ਮੰਨਿਆ ਹੀ ਖਾਂਗੜੇ ਪਰ ਅਸੀਂ ਗੱਲ ਪੱਕੀ ਕਰਨੀ ਹੈ 2,00,000 ਤੇ 60,000 ਰੁਪਏ ਦੀ ਝੋਟੀ ਦੇਖਣੀ ਹੈ 2,00,000 ਤੇ 60,000 ਇਹ ਚ 10,000 ਰੁਪਇਆ ਡਾਊਨ ਕਰ ਦਿਓ 10,000 ਰੁਪਇਆ ਡਾਊਨ ਕਰ ਦਿਓ ਪੂਰੇ 2,50,000 ਦੀ ਝੋਟੀ ਦੇਖਣੀ ਹੈ 2,00,000 ਤੇ 50,000 50,000 ਜੀ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਪੈਕੇਜ ਅੱਜ ਦੇਣੇ ਨੇ ਲਿਆਓ ਬਾਈ ਅੱਗੂ
ਕੱਟਾ ਲਿਆਵੋ ਤੇ ਬੱਚਾ ਆਓ ਭਾਈ ਇੱਥੇ ਚੈੱਕ ਕਰਾ ਲਵੋ। ਇਹ ਮਾਸ਼ਾਅੱਲਾ ਜੀ ਕੱਟਾ ਵੀ ਦੋਸਤਾਂ ਵੇਖ ਲੈਣਾ ਵੇ ਖੀਰਾ ਕੱਟਾ ਵੇ। ਉਮਰ ਦਾ ਭਾਈ ਬਜ਼ਰ ਤੁਹਾਨੂੰ ਤਾਂ ਨਹੀਂ ਪਤਾ ਹੋਣਾ ਕਿੰਨੀ ਕੁ ਉਮਰ ਹੈ। ਪਲਿਆ ਉਂਝ ਮਾਸ਼ਾਅੱਲਾ ਜੀ ਗੁੱਥਿਆ ਲਿਆਓ ਭਾਈ ਪਤਾ ਆ ਕੇ ਜ਼ਰਾ। ਹਾਂਜੀ ਮੁੰਨਾ ਭਾਈ ਕਿੰਨੇ ਸਾਲ ਦਾ? ਡੇਢ ਸਾਲ ਦਾ। ਅੱਛਾ ਪੱਕੀ ਗੱਲ ਹੈ ਵੀ ਤਜਰਬਾ ਲਿਆਵੋ ਉਧਰ ਪਰਤਾ ਕੇ ਲਿਆਵੋ ਮਾਸ਼ਾਅੱਲਾ ਜੀ। ਜਿਸ ਮੈਂ ਦੋਸਤਾਂ ਵੇਖ ਲੈਣੀ ਖੀਰਾ ਕੱਟਾ ਵੇ ਇਹ ਵੀ ਪੈਕੇਜ ਜੀ ਮਾਸ਼ਾਅੱਲਾ ਜੀ। ਬੰਨੋ ਭਾਈ ਜਾਨ ਕੀ ਰੇਟ ਹੈ ਭਾਈ ਬਜ਼ਰ ਸਾਹਿਬ ਦਾ? ਭਾਈ ਫਰਾਦ ਮੁੰਨਾ ਭਾਈ ਅੱਗੇ ਆਪੀ ਚੱਕਰ ਲਾਉਂਦੇ ਨੇ ਭਾਈ ਫਰਾਦ ਕੱਟਾ ਵੱਛਾ ਦੇਖਣ ਨਾ 40,000 ਰੁਪਏ ਦਾ। ਕੱਟਾ ਨਹੀਂ ਜਾਂ ਵੱਛਾ ਜੇ? ਵੱਛਾ ਹੀ ਕਿਹਾ 40,000 ਰੁਪਏ ਦਾ ਵੱਛਾ ਦੇਖਣ ਨਾ। ਤੁਸੀਂ ਕੋਈ ਦੋਸਤ ਕੱਟਾ ਉਹੀ ਤਾਂ ਬਣ ਗਿਆ ਨਾ 48 ਤੇ 40 80 ਹਜ਼ਾਰ ਰੁਪਏ ਦੇ ਦੋਵੇਂ ਦੇਖਣੇ ਨੇ। ਠੀਕ 80,000 ਠੀਕ ਹੈ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਵੈਸੇ ਕੱਟੇ ਦੀ ਕੀਮਤ ਹੈ 48,000 ਵੱਛੇ ਦੀ ਕੀਮਤ ਹੈ 40,000 ਰੁਪਏ ਦੋਸਤ ਦੋਵੇਂ ਕੱਟੇ ਲਿੰਦਾ ਫਿਰ ਰੇਟ ਉਹਨਾਂ ਦਾ 80,000 ਮਜ਼ੀਦ ਕੋ ਪੈਗਾਮ ਦੇਣਾ ਜੀ? ਨਹੀਂ ਭਾਈ ਫਰਾਦ ਕੋਈ ਪੈਗਾਮ ਨਹੀਂ ਉਹ ਉਹਨਾਂ ਦਾ ਪੈਗਾਮ ਨਹੀਂ ਲਓ ਜੀ ਦਿਨ ਦਿਨ ਤੇ ਚਾਚੂ ਤੁਹਾਡੇ। ਹਾਂਜੀ ਠੀਕ ਹੈ ਜੀ ਲੰਬੜਦਾਰ ਸਾਹਿਬ ਦਾ ਪੈਗਾਮ ਲੈਂਦੇ ਹਾਂ ਜੀ ਰਿਆਸ ਸਾਹਿਬ ਦਾ ਜੀ। ਅਸਲਾਮ ਵਾਲੇਕੁਮ ਜੀ। ਜੀ ਬਿਸਮਿਲ੍ਲਾ ਵਾਲੇਕੁਮ ਸਲਾਮ ਜੀ। ਜੀ ਸਰ ਕੀ ਹਾਲ ਹੈ? ਠੀਕ ਹੋ ਜੀ? ਅੱਲਾਹ ਪਾਕ ਦਾ ਸ਼ੁਕਰ ਹੈ। ਸਿਹਤ ਵੀ ਠੀਕ ਹੈ ਮਾਸ਼ਾਅੱਲਾ ਜੀ? ਅੱਲਾਹ ਦਾ ਬੜਾ ਹੀ ਕਰਮ ਹੈ। ਪੁੱਤਰੀ ਆ ਤੁਹਾਡਾ ਛਾਇਆ ਆਵੇ ਜੀ ਆ ਮਾਲ ਲਿਆਉਂਦਾ ਵੀਡੀਓ ਛੀ ਬਣਵਾਉਂਦਾ ਪਿਆ ਜੀ ਆ ਹੁਣ ਤੁਸੀਂ ਕੋਈ ਪੈਗਾਮ ਦੇਣਾ ਮਾਸ਼ਾਅੱਲਾ ਇਹਦੇ ਮਤਲਬ ਦੇ ਹੋਣਾ ਜੀ ਭਾਈਆਂ ਨੂੰ ਈਦ ਰਮਜ਼ਾਨ ਦੀ ਮੁਬਾਰਕ ਦੇਣਾ ਵਾ ਤੇ ਅੱਲਾ ਪਾਕ ਕਰਮ ਕਰੇ ਤੇ ਸਭ ਤੇ ਕਰਮ ਕਰੇ ਤੇ ਪਾਕਿਸਤਾਨ ਦੀ ਖੈਰ ਕਰੇ ਆਮੀਨ ਤੇ ਅੱਲਾ ਸੋਹਣਾ ਹਰ ਇੱਕ ਤੇ ਫਜ਼ਲ ਤੇ ਕਰਮ ਕਰੇ ਮਾਸ਼ਾਅੱਲਾ ਹਾਂ ਤੇ ਇਹਦੇ ਕਾਰੋਬਾਰ 'ਚ ਰੱਬ ਬਰਕਤਾਂ ਪਾਏ ਦੁਨੀਆਂ ਤਰੀਨੀਆਂ ਤਰੱਕੀਆਂ ਤਾਂ ਫਰਮਾਏ ਤੇ ਤੁਹਾਨੂੰ ਵੀ ਅੱਲਾ ਪਾਕ ਅੱਛੀ ਸਿਹਤ ਤੇ ਅੱਛਾ ਗੁਫ਼ਤਗੂ ਕਰਨ ਦੀ ਤੌਫੀਕ ਤਾਂ ਫਰਮਾਏ ਤੇ ਸਾਰਿਆਂ ਦੇ ਕੰਮ ਅੱਲਾ ਪਾਕ ਸਹੀ ਕਰੇ। ਜ਼ਿੰਦਾਬਾਦ ਤੇ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਪਾਕਿਸਤਾਨ ਫੌਜ ਜ਼ਿੰਦਾਬਾਦ ਜੀ। ਲੰਬੜਦਾਰ ਸਾਹਿਬ ਬਹੁਤ ਸ਼ੁਕਰੀਆ ਜਾਦਾ ਚਾਹੁੰਦੇ ਅੱਲਾ ਹਾਫਿਜ਼।